वेलकम बैक टू न्यू ब्लॉग ते ए वीडियो नु ना लाइक जरूर करें सब्सक्राइब 50 के करा दो यार बड़ा चेर हो गया 50 के आई वेलो अब पिछले अंडरग्राउंड दे जदों बनाया सी उदों नहीं क्या की सानू याद नहीं रिया लाइक होनी कर दियो वीडियो नु सब्सक्राइब भी कर दो 50 के करा दो जल्दी जल्दी ते अज आपां करन लगे इनू रेनोवेट अंडरग्राउंड रूम नु ते आपां कैंट रेनोवेट करना इनू आ देखो पोचा वा मिट्टी इधर देखो कलर इधर अपने को देखो चलो आपां इनू हलाल गए मलाल गए ते फिर तिन्ने जाने असी ना वेखियो सारे इधर पोचा फिरना अज तो नाले आप इन डिजाइन वगैरह फुल बूटे वाहवांगे ड्राइंग भी करांगे इत्थे चल बस रलाल गए हुण है ना रेत जी आ वाकई है ना रेतो जी वर्गी आ चीज पहला सी पोचा जेड़ा हीगा को लिया ओ फिर फेल हो गया काम साड़ा क्योंकि मिट्टी जेड़ी हीगी मिट्टी दा कलर ही होन दिया वा तो फिर पोचा दबार तो लेके आए देखो फिर डब्बा लिया ते हुण ना ए आपां कला पानी च घोलांगे ताकि कलर आ सके है ना चल वेख लैने जे वधिया बन गया वेख लैने इहदे च जी फिर ना पुड़ना बेकार हो जाणा अपना कलर चेंज हो गया ਉਦਣ ਪੋਚਾ ਤੇ ਜਿਹੜਾ ਅਸੀਂ ਫੇਰਨਾ ਸੀ ਫੇਰਤਾ ਸੀਗਾ ਪਰਸੋਂ ਚੌਥ ਤੇ ਹੁਣ ਅਸੀਂ ਫੇਰ ਆਏ ਇੱਥੇ ਤੁਹਾਨੂੰ ਦਿਖਾਉਣਾ ਵਾ ਸਾਡੀ ਨਾ ਰਸੋਈ 'ਚ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਸੀਗੀ ਤੇ ਮੈਂ ਇੱਕ ਵਲੌਗ 'ਚ ਵੀ ਦੱਸਿਆ ਸੀ ਤੁਹਾਨੂੰ ਤੇ ਆਹ ਦੇਖੋ ਇੱਧਰ ਉੱਪਰੋਂ ਨਾ ਡੈਡੀ ਉਹਨਾਂ ਨੇ ਪਰਲੇ ਪਾਸੇ ਕਿਤੇ ਘੋਰ ਘੂਰ ਦੂਰ ਪੈ ਗਿਆ ਕਿਤੇ ਉਹ ਵੇਖੋ ਕਿੱਥੋਂ ਦੀ ਪਾਣੀ ਆਇਆ ਆਹ ਉੱਥੋਂ ਇੰਨਾ ਆ ਗਿਆ ਇਹ ਕੱਢਣਾ ਪੈਣਾ ਅੱਜ ਮੈਂ ਲੱਗਾ ਆ ਇੱਥੇ ਕੰਮ ਕੱਲਾ ਵਾਂ ਤੇ ਆਹ ਦੇਖੋ ਜਿਹੜਾ ਰਸੋਈ 'ਚ ਇੰਨਾ ਗੰਦ ਪਿਆ ਸੀ ਉਹ ਮੈਂ ਕਲੀਨ ਕਰਨ ਲੱਗਾ ਇੱਥੋਂ ਦੇਖੋ ਗਿੱਲੀ ਗਿੱਲੀ ਮਿੱਟੀ ਇੱਥੋਂ ਪਤਾ ਨਹੀਂ ਇੱਥੋਂ ਘੋਰ ਸੀਗਾ ਇੱਥੋਂ ਅੰਦਰ ਵੜ ਗਈ ਥੋੜ੍ਹੀ ਜਿਹੀ ਇੱਥੋਂ ਅਸੀਂ ਉਹ ਕਵਰ ਕੀਤਾ ਤੇੜਾ ਵੀ ਉੱਦਾਂ ਕਰਕੇ ਪਾਈਆਂ ਹੁਣ ਉੱਤੋਂ ਐਂ ਨੂੰ ਕਲੀਅਰ ਐਨ ਬੰਦ ਕਰਤਾ ਵਾ ਤੇ ਹੁਣ ਆਪਾਂ ਚੱਕ ਲਈਏ ਆ ਦੇਖੋ ਗਲੀਸ ਬਣਿਆ ਹੋਇਆ ਮਿੱਟੀ
ਰੈਨੋਵੇਟ ਕੀਤਾ ਬੜਾ ਘੈਂਟ ਤੇ ਹੁਣ ਤੁਹਾਨੂੰ ਦਿਖਾਵਾਂਗੇ ਅੱਜ ਅੰਡਰਗਰਾਊਂਡ ਰੂਮ। ਆ ਜਾਓ ਕੈਮਰਾਮੈਨ। ਚਲੋ ਗਾਇਸ ਨੀਚੇ ਜਾਂਦੇ ਆ। ਚਲੋ ਗਾਇਸ ਇਹ ਬਹੁਤ ਵੱਖਰਾ ਲੁੱਕ ਅਸੀਂ ਦਿੱਤੀ ਇਹਨੂੰ ਤੇ ਸਭ ਇੱਧਰ ਆਪਣਾ ਬੈਡਰੂਮ ਆ ਕਿ ਪਿਛਲੀ ਵਾਰੀ ਡਰਾਇੰਗ ਰੂਮ ਸੀਗਾ ਤੇ ਉਧਰ ਆਪਣਾ ਕਿਚਨ। ਚਲੋ ਚੱਲਦੇ ਆ ਇੱਧਰ ਦੇਖੋ ਹੁਣ ਆਪਾਂ ਇੱਥੇ ਕੱਲੇ ਦੀਵੇ ਜਗਾਏ ਆ ਮੋਮਬੱਤੀਆਂ ਜਗਾਈਆਂ ਦੀਵੇ ਬੁਝਾਉਣੇ ਪਏ ਅਸੀਂ ਕਿਹਾ ਧੂੰਆਂ ਹੋ ਜਾਂਦਾ ਅੰਦਰ ਬਹੁਤ ਜ਼ਿਆਦਾ ਮੋਮਬੱਤੀਆਂ ਦਾ ਵਿਊ ਦੇਖੋ ਸਾਰਾ ਟਨਲ ਦਿਖਾਉਣੇ ਆ ਗਏ ਜੀ ਤੇ ਸਭ ਤੋਂ ਪਹਿਲਾਂ ਆਹ ਆਪਣੀ ਟਨਲ ਆ ਇੱਧਰ ਤੇ ਟਨਲ ਦੇਖ ਲਓ ਮੋਮਬੱਤੀਆਂ ਇੱਥੇ ਟਿਕਾਈਆਂ ਤੇ ਇੱਧਰ ਸ਼ੀਸ਼ਾ ਲੱਗਾ ਹੋਇਆ ਆਪਾਂ ਸ਼ੀਸ਼ਾ ਸ਼ੂਸ਼ਾ ਵੀ ਦੇਖ ਸਕਦੇ ਪਿਛਲੀ ਵਾਰੀ ਟਨਲ ਚ ਅਸੀਂ ਕੱਖ ਨਹੀਂ ਕੀਤਾ ਐਤਕੀ ਸ਼ੀਸ਼ਾ ਵੀ ਲਾਤਾ ਵੀ ਮਤਲਬ ਇੱਥੇ ਮੇਕਅਪ ਵਗੈਰਾ ਰੱਜੀ ਕਰ ਸਕੇ ਕੁਛ ਵੀ ਕਰ ਸਕੇ ਤੇ ਇੱਧਰ ਆਪਾਂ ਬਣਾਈਆਂ ਡਰਾਇਨ ਤੇ ਇੱਧਰ ਫਿਰ ਆਪਾਂ ਦਿਗਾਈਆਂ ਮੋਮਬੱਤੀਆਂ ਵਗੈਰਾ ਤੇ ਇੱਧਰ ਹੁਣ ਤੁਹਾਨੂੰ ਦਿਖਾਉਣੇ ਆ ਰਸੋਈ ਪਿਛਲੀ ਵਾਰੀ ਏਦਾਂ ਦੀ ਨਹੀਂ ਗਈ ਤਾਂ ਐਤਕੀ ਦਰਵਾਜ਼ਾ ਬਹੁਤ ਅਸੀਂ ਪ੍ਰੋਫੈਸ਼ਨਲ ਤਰੀਕੇ ਦਾ ਲਗਾਇਆ ਤੁਹਾਨੂੰ ਦਿਖਾਉਣੇ ਆ। ਚਲੋ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਰੋਲ ਕਰ ਕਰਕੇ ਇੱਦਾਂ ਇੱਦਾਂ ਗੋਲ ਗੋਲ ਕਰਕੇ ਮੇਰਾ ਹੌਲੀ ਜਿਹਾ ਲੰਘ ਜਾਣਾ ਲਾਈਟ ਆਨ ਕਰੀ। ਚਲੋ ਗਾਇਸ ਆਪਾਂ ਹੁਣ ਲਾਈਟ ਜਗਾਉਣੇ ਆ ਇੱਥੇ। ਚਲੋ ਚੱਲ ਹੋ ਗਿਆ ਚਾਨਣ ਹਨੇਰਾ ਬਹੁਤ ਸੀ ਮੈਂ ਕਿਹਾ ਚਲੋ ਚਾਨਣ ਹੋ ਜੇ ਤੇ ਹੁਣ ਆਪਾਂ ਤੁਹਾਨੂੰ ਨਾ ਜੀ ਇੱਦਾਂ ਕਰਕੇ ਆਪਾਂ ਇਹ ਗੇਟ ਲੌਕ ਹੋ ਗਿਆ ਆਹ ਖੁੱਲ ਗਿਆ ਹੁਣ ਤੇ ਆਹ ਆਪਣੀ ਇੱਧਰ ਸੋਈ ਆ ਰਸੋਈ ਦੇ ਵਿੱਚ ਦੇਖੋ ਅਸੀਂ ਕਿੰਨੀ ਸੋਹਣੀ ਸੋਹਣੀ ਦੇਖੋ ਤੇ ਇੱਥੇ ਆਪਾਂ ਡੈਕੋਰੇਸ਼ਨ ਕੀਤੀ ਤੇ ਇੱਧਰ ਭਾਂਡੇ ਕੱਚੇ ਵੀ ਰੱਖੇ ਆ ਤੇ ਸਿਲਵਰ ਦੂਜੇ ਵੀ ਰੱਖੇ ਭਾਂਡੇ ਸਾਰੇ ਇੱਕ ਤਰ੍ਹਾਂ ਦੇ ਇੱਧਰ ਦੇਖੋ ਭਾਂਡੇ ਰੱਖੇ ਆ ਆਪਾਂ ਤੇ ਇੱਥੇ ਕੱਚਾ ਚੁੱਲ੍ਹਾ ਵੀ ਬਣਾਇਆ ਦੇਖ ਲਓ ਵੀ ਇੱਥੇ ਆਪਾਂ ਕੁਛ ਬਣਾ ਕੇ ਖਾਵਾਂਗੇ ਵੀ ਇੱਥੋਂ ਤੇ ਜਿਹੜਾ ਕਿ ਆਕਸੀਜਨ ਦਾ ਚੱਕਰ ਇੱਥੇ ਕੋਈ ਨਹੀਂ ਹੈਗਾ ਉੱਪਰੋਂ ਜਿਹੜਾ ਇਹ ਖੁੱਲ ਜਾਂਦਾ ਵਾ ਜਿਵੇਂ ਆਪਾਂ ਇੱਥੇ ਅੱਗ ਬਾਲੀ ਨਾ ਤੇ ਤਾਂ ਇਧਰੋਂ ਸਿੱਧਾ ਹੀ ਧੂੰਆਂ ਬਾਹਰ ਨੂੰ ਤੇ ਕੋਈ ਟੈਨਸ਼ਨ ਨਹੀਂ ਇੱਥੇ ਤੇ ਅਰਮਾਨ ਨਾਲ ਬਣਾ ਕੇ ਇੱਥੇ ਆਪਾਂ ਖਾ ਪੀ ਸਕਦੇ ਆ ਸਾਰਾ ਕੁਛ। ਚਲੋ ਗਾਇਸ ਦੇਖ ਲਓ ਪਿੰਡ ਦੇ ਇੰਨੇ ਬੱਚੇ ਆ ਗਏ ਆ ਤਾਂ ਆਪਣੇ ਹੋ ਗਏ ਆ ਪਿੰਡ ਚੋਂ ਆ ਆਪਣਾ ਘਰ ਕੋਈ ਵੇਖੋ ਘੋਰਨਿਆਂ ਥਣੀ ਕਿੱਥੋਂ ਤੁਹਾਨੂੰ ਵਿਖਾਉਣੇ ਆ ਦੇਖ ਲਓ ਬਿੱਲਿਆਂ ਤਰ੍ਹਾਂ ਵੇਦੇ ਪਏ ਹੋਰ ਵੀ ਆ ਅਸੀਂ ਕਿਹਾ ਤੁਹਾਨੂੰ ਪੂਰੀ ਤਰ੍ਹਾਂ ਰਿਵਿਊ ਦਿਖਾ ਦਈਏ ਕਿਉਂਕਿ ਇਹ ਭੀੜ ਨਾ ਪਵੇ ਕਿਵੇਂ ਦਾ ਲੱਗਾ ਹੈ ਟਿਕਟ ਲਾਤੀ ਐ ਟਿਕਟ 5 ਰੁਪਏ ਲਿਆ ਕਰ 5 ਵੀ ਦੋੜ ਜ਼ਿਆਦਾ ਲਾ ਦੇ ਹੁਣ ਰਸੋਈ ਵੇਖਣ ਚੱਲਿਆ ਵਾ ਹਾਂ ਹਾਂ ਇਹ ਰਸੋਈ ਆ ਓਏ ਹਾਂ ਇੱਧਰ ਤਾਂ ਖਾਲੀ ਆ ਕਿਵੇਂ ਲੱਗੀ ਫਿਰ ਵਧੀਆ ਤੇ ਆ ਇੱਧਰ ਆਪਾਂ ਬੈੱਡ ਲਾਇਆ ਵਾ ਜੇ ਕਿਤੇ ਥੱਕ ਥੁੱਕ ਗਏ ਪਿਛਲੀ ਵਾਰੀ ਇੱਥੇ ਆਪਾਂ ਉਹ ਹੀਗੀਆਂ ਕੁਰਸੀਆਂ ਲਗਾਈਆਂ ਹੋਈਆਂ ਸੀਗੀਆਂ ਤੇ ਇਸ ਵਾਰੀ ਬੈੱਡ ਲਾਤਾ ਅਰਮਾਨ ਨਾਲ ਇੱਥੇ ਪੈ ਜਾਓ ਜਿਵੇਂ ਮਰਜ਼ੀ ਨੌਰ ਨਾਲ ਇੱਥੇ ਪੈ ਜਾਓ ਹਾਂ ਘੈਂਟ ਲੱਗਦਾ ਯਾਰ ਮਜ਼ਾ ਆਉਂਦਾ ਹੁਣ ਮਿੱਟੀ ਪੂਰੀ ਪਤਾ ਵੀ ਲੱਗ ਜੂ। ਹੁਣ ਇੱਥੇ ਬਣ ਲੱਗਾ ਵਾ ਕਿ ਟੋਸਟਰ ਅੱਜ ਇੱਥੇ ਟੋਸਟਰ ਹੈਲਦੀ ਚੀਜ਼ ਬਣਾਉਣ ਲੱਗੇ ਆਪਾਂ ਤੇ ਇੱਧਰ ਆਪਣੀ ਇੱਕ ਸਾਲ ਦੀ ਚਿਮਨੀ ਲੱਗੀ ਹੋਈ ਆ ਵਧੀਆ ਤਰੀਕੇ ਦੀ ਤੇ ਇਹ ਆਪਾਂ ਕਰ ਦੇਣੀ ਪਿੱਛੇ ਤੇ ਜਿਹੜਾ ਧੂੰਆਂ ਬਾਹਰ ਜਾਊਗਾ ਫਿਰ ਆਪਾਂ ਕਰ ਦੇਣੀ ਬੰਦ ਤੇ ਇੱਥੇ ਰੱਜੀ ਕਰਦੀ ਕੱਟਦੀ ਪਈ ਆ ਦੂਜਾ ਖੀਰਾ ਟਮਾਟਰ ਤੇ ਮਿਰਚਾਂ ਮੁਰਚਾਂ ਪਾ ਕੇ ਬਣਾਵਾਂਗੇ ਵਧੀਆ ਜੇ ਤੇ ਇੱਧਰ ਆਪਾਂ ਸਾਰਾ ਕੁਛ ਲੈ ਕੇ ਆਏ ਪਲੇਟਾਂ ਕੌਲੀਆਂ ਗਲਾਸ ਕੱਚੇ ਗਲਾਸ ਸਭ ਕੁਛ ਲਿਆਂਦਾ ਖਾਣ ਪੀਣ ਨੂੰ ਤੇ ਉੱਧਰ ਬਣ ਲੱਗਿਆ ਟੋਸਟਰ ਆਪਣੇ ਤੇ ਆਪਾਂ ਇੱਥੇ ਥੋੜਾ ਜਿਹਾ ਆਰਾਮ ਕਰਦੇ ਆ ਯਾਰ ਇਹਨੂੰ ਲੁੱਕ ਵੇਖ ਕੇ ਇੱਡੀ ਘੈਂਟ ਆ ਨਾ ਮੇਰਾ ਦਿਲ ਕਰਦਾ ਸੱਚੀ ਆਰਾਮ ਕਰਨ ਨੂੰ ਆਏ ਘੈਂਟ ਯਾਰ ਫੁੱਲ ਮਜ਼ਾ ਆ ਜਿਹੜਾ ਇੱਥੇ ਧੂੰਆਂ ਥੋੜਾ ਥੋੜਾ ਹੋਇਆ ਨਾ ਦਿਖਦਾ ਜਿਹੜਾ ਇਹ ਦੀਵਿਆਂ ਦਾ ਕਰਕੇ ਹੋਇਆ ਇਸ ਕਰਕੇ ਅਸੀਂ ਨਾ ਇੱਥੇ ਮੋਮਬੱਤੀਆਂ ਜਗਾਤੀਆਂ ਤਾਂ ਕਿ ਸੋਹਣਾ ਲੱਗੇ ਤੇ ਨਾਲੇ ਧੂੰਆਂ ਨਾ ਹੋਵੇ ਜ਼ਿਆਦਾ ਫਿਰ ਦਿਖਦਾ ਨਹੀਂ ਵਿੱਚ ਕੁਆਲਿਟੀ ਵੀ ਘੱਟ ਜਾਂਦੀ ਤੇ ਇਹਦੇ ਵਿੱਚ ਅਸੀਂ ਉੱਤੇ ਵੇਖੋ ਟੰਗੀ ਟੋਕਰੀ ਦੇਖੋ ਉੱਪਰ ਬੰਨ ਕੇ ਤੇ ਇਹਦੇ ਵਿੱਚ ਟਿਕਾਤਾ ਖਰਗੋਸ਼ ਤੇ ਆਹ ਵਾ ਚਿੜੀਆਂ ਦਾ
ਘੌਂਸਲਾ ਘੌਂਸਲਾ ਘਰ ਹੀ ਲਾ ਲਾ ਘਰ ਹੀ ਆ ਉਹਨਾਂ ਦਾ ਚਿੜੀਆਂ ਦਾ ਤੇ ਇਹਦੇ ਵਿੱਚ ਮਤਲਬ ਉਦਾਂ ਹੀ ਅਸੀਂ ਡਿਜ਼ਾਈਨ ਵਾਸਤੇ ਇੱਥੇ ਲਾਤਾ ਤੇ ਆਹ ਸਾਨੂੰ ਗਿਫਟ ਮਿਲਿਆ ਸੀਗਾ ਯੂ ਕਿਸੇ ਸਬਸਕ੍ਰਾਈਬਰ ਨੇ ਸਾਨੂੰ ਦਿੱਤਾ ਸੀਗਾ ਤੇ ਉਹ ਅਸੀਂ ਇਹ ਵੀ ਇੱਥੇ ਟਿਕਾਤਾ ਇੱਧਰ ਆ ਰਿਸ਼ਕਾ ਵਗੈਰਾ ਤੇ ਆਹ ਬੈੱਡ ਤਾਂ ਇੰਨਾ ਕੰਫਰਟੇਬਲ ਆ ਨਾ ਮਜ਼ਾ ਆ ਜਾਂਦਾ ਇੱਥੇ ਪੈ ਕੇ ਤੇ ਉੱਧਰ ਇਹ ਬਣਾਉਣ ਲੱਗ ਪਿਆ ਹੁਣ ਜਦੋਂ ਬਣ ਗਏ ਤਾਂ ਆਪਾਂ ਖਾਵਾਂਗੇ ਨਜ਼ਾਰੇ ਚਿਮਨੀ ਹਜੇ ਨੀ ਖੋਲਣੀ ਜਦੋਂ ਸਾਰਾ ਕੁਛ ਕੱਟਿਆ ਗਿਆ ਨਾ ਲੱਕੜਾਂ ਲੱਕੜਾਂ ਲੈ ਕੇ ਆਉਣੀ ਲਾਪਰੀ ਲੱਕੜਾਂ ਤੂੰ ਲਿਆਏਗਾ ਕਹਿ ਲਿਆ ਵੇ ਚੱਲ ਜਾ ਲੱਕੜਾਂ ਲੈ ਪਾਸਵਰਡ ਬੂਆ ਖੋਲੇ ਲਵੇ ਬੂਆ ਖੋਲਣ ਨੂੰ ਵੀ ਬੰਦੇ ਰੱਖੇਗਾ ਬੰਦ ਕਰ ਬੰਦ ਕਰ ਅਸੀਂ ਅੰਡਰਗਰਾਊਂਡ ਬੰਦੇ ਗਾਇਸ ਇਹ ਸਾਡੀ ਰੀਲ ਵਾਇਰਲ ਹੋਈ ਆ ਉਹ ਕਹਿੰਦਾ ਤਾਂ ਹੈ ਚਲੋ ਗਾਇਸ ਇੱਥੇ ਨਾ ਦੇਖੋ ਸੱਚ ਮੈਂ ਆਹ ਤਾਂ ਵਿਖਾਈ ਨੀ ਆਹ ਦੇਖੋ ਇੱਥੇ ਦੀਵਾ ਚੱਲ ਤੇਲ ਥੋੜਾ ਡੁੱਲ ਗਿਆ ਥੋੜਾ ਨਾ ਪੇਂਟਿੰਗ ਮੇਰੀ ਖਰਾਬ ਹੋ ਗਈ ਬਾਕੀ ਬੜੀ ਸੋਹਣੀ ਸੀ ਪੇਂਟਿੰਗ ਬਾਕੀ ਤੁਸੀਂ ਵੇਖੀ ਆ ਸਾਰੇ ਵਲੌਗ 'ਚ ਦੇ ਵਿੱਚ ਤੇ ਇੱਧਰ ਆਪਣਾ ਬਣਦਾ ਪਿਆ ਵਾ ਫੋਟੋ ਹੀ ਵੇਖ ਲਈਏ ਕੀ ਬਣ ਗਿਆ ਆਹ ਜਿਵੇਂ ਮਰਜ਼ੀ ਆਪਦੀ ਫੋਟੋ ਵੇਖੋ ਤੇ ਫਿਰ ਬਾਅਦ 'ਚ ਇੱਧਰ ਹੋ ਚੱਲਿਆ ਇੱਧਰ ਮੰਮੀ ਹੁਣੀ ਹੁਣ ਅੱਗ ਬਾਲਣ ਲੱਗਿਆ ਤਾਂ ਇਹ ਨਹੀਂ ਕਿ ਆਪਾਂ ਇੱਥੇ ਕੁਛ ਬਣਾਉਣਾ ਨਹੀਂ ਐਵੇਂ ਥੋੜ੍ਹੀ ਚੁੱਲ੍ਹਾ ਬਣਾਇਆ ਵਾ ਟੈਂਪਰੇਰੀ ਇਹ ਮਤਲਬ ਆਪਾਂ ਇੱਥੇ ਬਣਾ ਕੇ ਵੀ ਜਾਣਾ ਹੁਣ ਦੇਖੋ ਇੱਧਰ ਮੰਮੀ ਨੂੰ ਅੱਗ ਬਾਲਣ ਲੱਗੇ ਹੁਣ ਥੋੜ੍ਹੇ ਚਿਰ ਨੂੰ ਆਪਾਂ ਆਹ ਖੋਲ ਦਾਂਗੇ ਤੇ ਖੋਲ ਦਈਏ ਚਲੋ ਬਈ ਆਪਾਂ ਖੋਲ ਹੀ ਦਿੰਦੇ ਇਹਨਾਂ ਦੀ ਫਰਮਾਇਸ਼ ਪੂਰੀ ਕਰੀਏ ਤੇ ਆਹ ਆਪਣੀ ਦੇਖੋ ਹੁਣ ਓਪਨ ਹੋ ਗਈ ਆ ਚਿਮਨੀ ਤੇ ਇੱਥੋਂ ਦੀ ਧੂਆਂ ਧਾਵਾਂ ਸਾਰਾ ਬਾਹਰ ਜਾਊਗਾ ਇਸ ਲਈ ਐਸੇ ਮੀਂਹ ਮੂਹ ਲਈ ਪੂਰਾ ਪ੍ਰਬੰਧ ਆ ਇੱਥੇ ਇਹ ਨਾ ਇੱਧਰ ਨੂੰ ਮਤਲਬ ਇੱਧਰੋਂ ਉੱਚਾ ਵਾ ਥੋੜ੍ਹਾ ਜਿਹਾ ਉੱਧਰ ਨੂੰ ਝੁਕਾਅ ਵਾ ਤਾਂ ਉਹਨੂੰ ਪਾਣੀ ਰੁੜਿਆ ਜਾਊਗਾ ਕੋਈ ਟੈਨਸ਼ਨ ਨਹੀਂ ਇੱਥੇ ਜੇ ਮੀਂਹ ਆਇਆ ਵੀ ਤਾਂ ਕੋਈ ਟੈਨਸ਼ਨ ਨਹੀਂ ਅੱਡੀ ਚਲੋ ਬਈ ਹੁਣ ਆਪਾਂ ਪਾਣੀ ਇੱਥੋਂ ਪੀਨੇ ਆ ਮੈਨੂੰ ਦੇ ਦਿਓ ਓਏ ਘੜੇ ਦਾ ਪਾਣੀ ਠੰਡਾ ਹੀ ਬਹੁਤ ਆ ਤੇ ਨਾਲੇ ਕਮਰਾ ਵੀ ਬਹੁਤ ਠੰਡਾ ਕਮਰਾ ਮਿਰਚਾਂ ਜਾ ਆਦੀਆਂ ਵਾ ਸੱਚ ਗੈਸ ਗਰਮੀ ਚ ਕਮਰਾ ਠੰਡਾ ਰਿਹਾ ਕਰਨਾ ਠੰਡ ਚ ਗਰਮ ਇਹ ਵੀ ਇਹਦਾ ਫਾਇਦਾ ਵਾ ਆ ਬਿੱਲੀਆਂ ਬੈਠੀਆਂ ਇੱਥੇ ਨਾ ਸ਼ਾਂਤੀ ਤਾਂ ਬਹੁਤ ਆ ਪਰ ਜਵਾਕਾਂ ਨੇ ਇੱਥੇ ਸ਼ਾਂਤੀ ਕੀਤੀ ਹੋਈ ਇੰਨੀ ਸ਼ਾਂਤੀ ਰੌਲਾ ਬਹੁਤ ਪਾਉਂਦੇ ਆ ਖਾ ਕੇ ਜਾਣਾ ਵਾ ਹੁਣ ਇਦਾਂ ਬਾਕੀ ਬਾਹਰ ਨਿਕਲੀ ਜਾਂਦਾ ਮਿਕਸਚਰ ਆ ਨਾ ਸਾਰਾ ਬ੍ਰੈਡ ਦੇ ਉੱਤੇ ਲਾ ਕੇ ਨਾ ਤੇ ਘਿਓ ਘਿਓ ਲਾ ਕੇ ਉਹਦੇ ਉੱਤੇ ਰੱਖ ਦੇਣਾ ਉਹਨੂੰ ਵੀ ਘਿਓ ਥੋੜਾ ਲਾ ਕੇ ਤੇ ਗਰਮ ਕਰ ਕਰਕੇ ਲਾਈ ਜਾਣੇ ਧੂਆਂ ਕਿੱਦਾਂ ਤਾਂ ਆਉਂਦਾ ਪਿਆ ਉੱਥੋਂ ਦੀ ਚਲੋ 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 ਅੰਦਰ ਚੱਲੀਏ ਆ ਗਿਆ ਆ ਗਿਆ ਆ ਗਿਆ ਆ ਗਿਆ ਦੋ ਮਿੰਟ ਖੜ ਜਾ ਵਾ ਚਲੋ ਬਣ ਗਿਆ ਟੋਸਟਰ ਚਲੋ ਬਈ ਵੇਖੋ ਟੋਸਟਰ ਰੈਡੀ ਹੋ ਗਿਆ ਤੇ ਹੁਣ ਆਪਾਂ ਖਾਵਾਂਗੇ ਇੱਥੇ ਟੋਸਟਰ ਸਾਰਿਆਂ ਨੂੰ ਭੁੱਖ ਲੱਗੀ ਇੱਧਰ ਬਹਿ ਜਾਓ ਸਾਰੇ ਜਣੇ ਆਣ ਕੇ ਉੱਧਰ ਬਹਿਣਾ ਵਾ ਕੋਈ ਨੀ ਧੂਆਂ ਚੱਲਿਆ ਬਾਹਰ ਦੋ ਮਿੰਟ ਹੀ ਲੱਗਣੇ ਆ ਉਹ ਵੇਖੋ ਇੱਧਰ ਉਹ ਆਹ ਵਧੀਆ ਕਮਰਾ ਵਾ ਰੱਜੀ ਆਹ ਕਮਰੇ ਵੱਲ ਲੈ ਆਓ ਜਵਾਕ ਬਹੁਤ ਜਿਆਦਾ ਆਏ ਸੀਗੇ ਤੇ ਉਹ ਫਿਰ ਅਸ਼ਾਂਤੀ ਫੈਲ ਗਈ ਸੀ ਉਹਨਾਂ ਹੀ ਸ਼ਾਂਤੀ ਜੀ ਥੋੜੀ ਜੀ ਚਾਹੁੰਦੇ ਹੈ ਹੁਣ ਵਧੀਆ ਵਾ ਇਹਦੇ ਵਿੱਚ ਮਿਰਚ ਇੰਨੀ ਪਾਈ ਸੀ ਨਾ ਆਹੋ ਸੈਂਡਵਿਚਾਂ ਵਿੱਚ ਮਿਰਚ ਇੰਨੀ ਜ਼ਿਆਦੀ ਸੀ ਨਾ ਤੇ ਮੈਂ ਸੀ ਸੀ ਉਹ ਲਾਪੀ ਸਾਰਿਆਂ ਦੀ ਤਾਂ ਕਰਕੇ ਆਪਾਂ ਹੁਣ ਪਾਣੀ ਪੀ ਲਈਏ
ਰਾਜੀ ਮਿਰਚ ਪਾਤੀ ਸੀ ਹਨਾ ਜਿਆਦੀ ਬਜਾ ਦੇ ਸਾਰੀਆਂ ਗਾਇਸ ਸਾਰੇ ਚਲੇ ਗਏ ਸ਼ਾਂਤੀ ਹੋ ਗਈ ਹੁਣ ਮੈਂ ਕਿਹਾ ਚਲੋ ਟਮਾਟਰ ਹੀ ਖਾ ਲਏ ਕਿਚਨ ਚੋਂ ਲਿਆਇਆ ਮੈਂ ਉਧਰੋਂ ਹੁਣ ਆਪਾਂ ਨਿਆਰਿਆਂ ਨਾਲ ਇੱਥੇ ਸੁਣਨੇ ਆ ਸ਼ੁਕਰ ਆ ਗਏ ਸਾਰੇ ਸ਼ੁਕਰ ਕਿੰਨਾ ਗਏ ਫੇਰ ਹੀ ਖਾ ਗਏ ਕੋਈ ਸਿਰ ਖਾ ਗਏ ਭਰਾਵਾ ਕੀ ਨਹੀਂ ਦਿੱਤਾ ਜਿੰਨਾ ਚਿਰ ਆਏ ਉਹ ਬੜੇ ਘੈਂਟ ਬਣਾਏ ਯਾਰ ਤੂੰ ਉਹ ਬੜੇ ਘੈਂਟ ਲੱਗੇ ਮੈਨੂੰ ਹਾਂ ਉੱਥੇ ਟਾਈਮ ਬਹੁਤ ਲੱਗਾ ਹੈ ਬੜਾ ਟਾਈਮ ਲੱਗਾ ਸਭ ਬਣਾਉਣ ਦੇ ਕਿੰਨੇ ਦਿਨ ਲੱਗ ਗਏ ਤੈਨੂੰ ਪਤਾ ਪਤਾ ਓ ਮੈਂ ਸਫਾਈ ਵੀ ਕੀਤੀ ਕਿਚਨ ਦੀ ਕਿੰਨੇ ਦਿਨ ਉਹਨੂੰ ਲਾਤੇ ਦੋ ਤਿੰਨ ਦਿਨ ਪਾਣੀ ਆ ਗਿਆ ਸੀ ਨਾ ਜਾ ਜਾ ਤੂੰ ਜਾ ਕਰੇ ਰਹਿਣ ਦੇ ਤੂੰ ਹਾਂਜੀ ਸੌਂ ਗਏ ਆ ਮਜ਼ਾ ਆਉਂਦਾ ਪਿਆ ਹੈ ਹਾਂ ਤੁਸੀਂ ਚੱਲ ਜਾਓ ਘਰੇ ਮੈਂ ਸੌਂਦਾ ਤੇ ਵੀਡੀਓ ਵੀਡੀਓ ਕੱਲ ਪਾਵਾਂਗੇ ਗਾਇਸ ਇੱਕ ਗੱਲ ਪੁੱਛਣੀ ਯਾਰ ਆ ਇੰਨਾ ਕੋ ਟਕਾਇਆ ਏ ਕਾ ਤੋ ਟਕਾਇਆ ਆ ਬੁਗਨੀ ਇਹਨੇ ਪੈਸੇ ਪਾਉਣਾ ਪੂਣਾ ਕਿਵੇਂ ਆ ਐਵੇਂ ਥੋੜੀ ਆ ਹਾਂ ਇੱਥੇ ਆਪਾਂ ਇੰਨਾ ਚਿਰ ਹੋ ਗਏ ਆ ਰਹਿੰਦੇ ਆ ਤੇ ਫੇਰ ਟਕ ਪਾਵਾਂਗੇ ਵੀ ਨਹੀਂ ਗਾਇਸ ਇਦਾਂ ਵਾ ਵੀ ਮਤਲਬ ਸਜਾਵਟ ਲਈ ਸਾਰਾ ਕੋ ਟਕਾਇਆ ਵਾ ਐਵੇਂ ਨਹੀਂ ਵੀ ਹਨਾ ਇਦਾਂ ਵੀ ਸਦਾ ਲਈ ਟਕਾਇਆ ਹੋਇਆ ਵਾ ਪਰ ਜਿੰਨਾ ਚਿਰ ਵੀ ਇੱਥੇ ਆ ਉਹਨਾਂ ਚਿਰ ਇਹ ਆਪਾਂ ਟਿਕਾਈ ਰੱਖਣਾ ਪਿਛਲੀ ਵਾਰੀ ਥੋੜਾ ਜਿਹਾ ਡਿਫਰੈਂਟ ਆਪਾਂ ਪਿਛਲੀ ਵਾਰੀ ਇੱਥੇ ਤੁਸੀਂ ਦੇਖਿਆ ਕੁਰਸੀਆਂ ਕਰਸੀਆਂ ਲੱਗੀਆਂ ਹੋਈਆਂ ਟੈਲੀਵਿਜ਼ਨ ਸੀ ਇਸ ਵਾਰੀ ਮਤਲਬ ਅਲੱਗ ਬਹੁਤ ਡਿਫਰੈਂਟ ਕੀਤਾ ਅਸੀਂ ਕਿਹਾ ਚੇਂਜ ਕਰੀਏ ਇਹਨੂੰ ਤੇ ਹੁਣ ਤੁਹਾਨੂੰ ਲੱਗਾ ਹੋਣਾ ਇੱਥੇ ਬੈੱਡ ਪਿਛਲੀ ਵਾਰੀ ਕਮੈਂਟ ਵੀ ਆਏ ਸੀ ਕਿ ਬੈੱਡ ਨਹੀਂ ਹੈਗਾ ਤੇ ਇਸ ਲਈ ਆਪਾਂ ਬੈੱਡ ਲਾ ਤਾ ਕੁਰਸੀਆਂ ਆਪਾਂ ਬਾਹਰ ਕਰਦੇ ਬਾਹਰ ਜਾ ਗਿਆ ਹਾਂ ਚਲੋ ਗਾਇਸ ਤੁਹਾਨੂੰ ਹਨੇਰਾ ਕਰਕੇ ਵਿਖਾਉਣੇ ਆ ਚੱਲ ਬਈ ਹੋ ਗਿਆ ਲਾਇਕ ਵਾਧੂ ਯਾਰ ਕਰ ਦੋ ਲਾਇਕ ਪਜਾ ਕੇ ਸਬਸਕ੍ਰਾਈਬ ਕਰਾ ਦੋ ਪਜਾ ਕੇ ਇੰਨੀ ਮਿਹਨਤ ਕੀਤੀ ਪਜਾ ਕੇ ਕਰੋ ਤੇ ਬਾਕੀ ਨਾ ਹੁਣ ਆਖਰੀ ਇੱਕ ਵਾਰੀ ਵੇਖ ਲੋ ਵਿਊ ਆਖਰੀ ਵਾਰ ਹੈ ਤੇ ਸੇਮ ਹੀ ਆ ਬਾਕੀ ਮਨ ਨੀ ਭਰਦਾ ਮੇਰਾ ਜੀ ਕਰਦਾ ਤੁਹਾਨੂੰ ਖਾਈ ਜਾਵਾਂ ਹੈ ਤੇ ਬਾਕੀ ਦੇਖੋ ਹੁਣ ਅਸੀਂ ਚੱਲੇ ਇਹਨੂੰ ਛੱਡ ਕੇ ਜੀ ਨੀ ਕਰਦਾ ਇੱਥੇ ਭਾਵੇਂ ਸੌਂ ਜਾਓ ਰਾਤ ਕੋਈ ਚੱਕਰ ਨੀ ਗਾਇਸ ਅਗਲਾ ਵਲੌਗ ਆਊਗਾ ਉਹਨਾਂ ਨੇ ਬਲਬ ਬੁਝਾ ਦਿਆ ਉੱਥੋਂ ਅਗਲਾ ਵਲੌਗ ਆਊਗਾ 24 ਹੋਰ ਚੈਲੰਜ ਇੱਥੇ ਆਪਾਂ ਕਰਾਂਗੇ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਬਾਏ